रियल स्टेट एज विद जिमी सिंह, और मैं जिमी सिंह के साथ बैठा हूँ। जिमी, आज एक बड़ा मज़ेदार हमें सवाल तो नहीं है, लेकिन एक एक टॉपिक आया है हमारे दिलदेर पाजी, उन्होंने कहते हैं कि जी मैंने बड़ी मिस्टेक कीती है नए घर लेने विच, ठीक है जी। उन्होंने नया घर लेता है और उन्होंने को बड़ी मिस्टेक कीती, वो कहते कि जिमी सिंह तुसी अपने पैगाम विच लोगों दसो कि लोग फर्स्ट टाइम होम बायर विच की मिस्टेक कर सकते हैं। ਸਰ ਮਿਸਟੇਕ ਤਾਂ ਬਹੁਤ ਕੁਛ ਹੋ ਸਕਦੀ ਆ, ਪਰ ਐਟ ਦ ਐਂਡ ਆਫ ਦ ਡੇ ਲੈਟਸ ਸੇ ਯੂ ਨੋ ਯੂ ਆਰ ਪਲੇਇੰਗ ਅ ਗੇਮ ਸਪੋਰਟ ਔਰ ਯੂ ਨੋ ਯੂ ਆਰ ਹਾਇਰਿੰਗ ਅ ਲਾਇਰ, ਸੋ ਬੇਸਿਕਲੀ ਪਹਿਲੇ ਆਪਣੀ ਟੀਮ ਬਣਾਓ। ਸਭ ਤੋਂ ਵੱਡੀ ਮਿਸਟੇਕ ਲੋਕ ਕਰਦੇ ਆ ਕਿ ਲੈਟਸ ਸੇ ਇਫ ਯੂ ਆਰ ਬਾਇੰਗ ਅ ਹੋਮ, ਤੁਹਾਡੀ ਟੀਮ 'ਚ ਕੌਣ ਹੋਣਾ ਚਾਹੀਦਾ? ਇੱਕ ਲਾਇਰ ਹੋਣਾ ਚਾਹੀਦਾ, ਅਗਰ ਇਫ ਇਨਵੈਸਟਮੈਂਟ ਲੈ ਰਹੇ ਹੋ ਇੱਕ ਅਕਾਊਂਟੈਂਟ ਹੋਣਾ ਚਾਹੀਦਾ, ਇੱਕ ਰੀਅਲ ਸਟੇਟ ਪ੍ਰੋਫੈਸ਼ਨਲ ਹੋਣਾ ਚਾਹੀਦਾ, ਇੱਕ ਮੋਰਗੇਜ ਬ੍ਰੋਕਰ ਹੋਣਾ ਚਾਹੀਦਾ। ਸੋ ਗੈਟ ਅ ਟੀਮ ਆਫ ਪ੍ਰੋਫੈਸ਼ਨਲਸ ਹੂ ਵਿਲ ਬੈਟ ਫੋਰ ਯੂ। ਹੁੰਦਾ ਕੀ ਹੈ, ਜਿੱਦਾਂ ਅਸੀਂ ਲਾਸਟ ਟਾਈਮ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ ਕਿ ਲੈਟਸ ਸੇ ਪੀਪਲ ਗੋ ਐਂਡ ਟਰਾਈ ਟੂ ਮੇਕ ਅ ਡਾਇਰੈਕਟ ਡੀਲ ਵਿਦ ਦ ਸੈਲਰ ਔਰ ਲਿਸਟਿੰਗ ਏਜੰਟ, ਔਰ ਬੇਬੀ ਕਹਿੰਦੇ ਵੀ ਏਜੰਟ ਨੂੰ ਕਿ ਬਰੀ ਕਰਨਾ, ਅਸੀਂ ਆਪ ਹੀ ਨਵੇਂ ਸਾਈਟ 'ਤੇ ਆਪ ਹੀ ਬਿਲਡਰ ਨੂੰ ਮਿਲ ਆਉਂਦੇ ਹਾਂ, ਰਾਈਟ? ਵਟ ਦੇ ਡੋਂਟ ਅੰਡਰਸਟੈਂਡ ਇਸ ਬਿਲਡਰ ਦੀ ਸਾਈਟ 'ਤੇ ਜਾਓਗੇ ਅਤੇ ਬਿਲਡਰ ਨੇ ਤੁਹਾਡੇ ਕੋਲ ਫੋਰਮ ਭਰਾ ਲੈਣਾ, ਦੈਨ ਯੋਰ ਏਜੰਟ ਕੈਨ ਈਵਨ ਹੈਲਪ ਯੂ, ਔਰ ਉਹ ਜਿਹੜਾ ਬੰਦਾ ਬੈਠਾ ਉਹ ਬਿਲਡਰ ਦੀ ਬੋਲੀ ਬੋਲ ਰਿਹਾ। ਹੀ ਵੋਂਟ ਸੇ ਕਿ ਤੁਸੀਂ ਘਰ ਮਹਿੰਗਾ ਖਰੀਦ ਰਹੋ, ਕੱਲ੍ਹ ਨੂੰ 5 ਸਾਲ ਬਾਅਦ ਕਲੋਜ਼ਿੰਗ ਆਏਗੀ, ਤੁਹਾਡਾ ਅਪਰੇਜ਼ਲ ਨਹੀਂ ਹੋਣਾ, ਰਾਈਟ? ਐਂਡ ਦ ਬਿਗੈਸਟ ਥਿੰਗ ਇਜ਼ ਬੇਸਿਕਲੀ ਕਿ ਵੈਨ ਤੁਹਾਡਾ ਆਪਣਾ ਏਜੰਟ ਹੁੰਦਾ, ਅਗਰ ਸਾਰਾ ਕੁਝ ਸਮੂਥ ਹੋਏਗਾ ਦੇਰ ਇਜ਼ ਨੋ ਪ੍ਰੋਬਲਮ, ਬਟ ਵੈਨ ਦ ਪ੍ਰੋਬਲਮ ਹੈਪਨਸ, ਤੁਹਾਡਾ ਅਗਰ ਅੱਛਾ ਏਜੰਟ ਹੈ ਉਹ ਤੁਹਾਨੂੰ ਗਾਈਡ ਕਰੇਗਾ ਵੀ ਇੱਕ ਪ੍ਰੋਪਰਟੀ 'ਚ ਇਹ ਮਸਲਾ ਆ ਸਕਦਾ, ਤੁਹਾਨੂੰ ਇਹ ਹੋ ਸਕਦਾ। ਵੈਨ ਥਿੰਗਸ ਗੋ ਰੋਂਗ ਐਂਡ ਯੂ ਆਰ ਯੂਜ਼ਿੰਗ ਲਿਸਟਿੰਗ ਏਜੰਟ ਟੂ ਬਾਏ ਅ ਹਾਊਸ, ਟੈਲ ਮੀ ਉਹ ਕਿਹਦੀ ਸਾਈਡ ਲਏਗਾ? ਉਹਦਾ ਕਲਾਇੰਟ ਕੌਣ ਹੈ? ਤੁਸੀਂ ਜੋ ਮਰਜ਼ੀ ਫੋਨ ਕਰੀਏ, ਉਹਨੇ ਫੋਨ ਨਹੀਂ ਚੁੱਕਣਾ, ਤੇ ਕੱਲ ਨੂੰ ਤੁਸੀਂ ਕੰਪਲੇਂਟ ਕਰੋਗੇ ਰੀਅਲ ਸਟੇਟ ਕਾਉਂਸਲ 'ਚ, ਉਹਨਾਂ ਨੇ ਕੀ ਕਹਿਣਾ ਹੈਗਾ? ਹਿਸ ਕਲਾਇੰਟ ਇਜ਼ ਸੈਲਰ, ਯੂ ਆਰ ਕੰਜ਼ਿਊਮਰ, ਯਾ ਹੀ ਇਜ਼ ਨਾਟ ਬਾਇਰ, ਬੀ ਵੇਅਰ, ਯਾ ਯੂ ਸੇ ਦੈਟ, ਰਾਈਟ? ਯਾ ਸੋ ਐਟ ਦ ਐਂਡ ਆਫ ਦ ਡੇ ਗਾਇਜ਼, ਯੂ ਨੋ ਵੀ ਹੈਵ ਟੂ ਬੀ ਵੈਰੀ ਸਮਾਰਟ ਵਿਦ ਦੀਸ ਥਿੰਗਸ। ਪਹਿਲਾ ਜਿਹੜਾ ਮਿਸਟੇਕ ਲੋਕ ਸਭ ਤੋਂ ਵੱਡਾ ਕਰਦੇ ਆ ਉਹ ਹੈਗਾ ਜੀ ਅਪਰੂਵਲ ਨਹੀਂ ਲੈਂਦੇ ਘਰ ਦਾ, ਉਹ ਆਪਣਾ ਕਾਫੀ ਟਿਮ ਹੋਟਲ ਤੋਂ ਫਟਦੇ ਆ, ਗੱਡੀ ਲੈ ਕੇ ਓਪਨ ਹਾਊਸ ਦੇਖਣ ਚੱਲੀਏ, ਯੂ ਨੋ ਇਟਸ ਫਨ ਟੂ ਵਾਚ ਓਪਨ ਹਾਊਸਿਸ, ਰਾਈਟ? ਬਟ ਐਟ ਦ ਐਂਡ ਆਫ ਦ ਡੇ ਯੂ ਆਰ ਸੈਟਿੰਗ ਯੋਰ ਸੈਲਫ ਯੂ ਨੋ ਫੋਰ ਡਿਸਅਪੋਇੰਟਮੈਂਟ। ਤੁਸੀਂ 6-8 ਲੱਖ ਦੇ ਮਿਲੀਅਨ ਡਾਲਰ ਦੇ ਘਰ ਦੇਖ ਰਹੇ ਹੋ, ਮੋਰਗੇ ਤੁਹਾਡੀ 2 ਲੱਖ ਦੀ ਹੋਣੀ ਹੈ, ਵਾਟ ਇਜ਼ ਦ ਪਰਪਸ, ਰਾਈਟ? ਫਿਰ ਬੰਦਾ ਕਹਿੰਦਾ ਕਿ ਲਾਸਟ ਵੀਕ ਮੈਨੂੰ ਕਿਸੇ ਦੀ ਕਾਲ ਆਈ, ਸੇਮ ਸਿਚੁਏਸ਼ਨ, ਹੀ ਕੀਪ ਲੁਕਿੰਗ ਐਟ ਬਿਗਰ ਹਾਊਸ, ਕੁਆਲੀਫਾਈ ਨਹੀਂ ਹੋਣੀ। ਭਾਅ ਜੀ ਹੁਣ ਬਹਿ ਕੇ ਆਪਾਂ ਹੋਰ ਮਨੀ ਜੋੜ ਲਈਏ, ਆਪਣੇ ਕੋਲ 10% ਡਾਊਨ, ਆਪਾਂ 20 ਕਰ ਲਈਏ, ਬਿਕੋਜ਼ ਇਨ ਕੈਨੇਡਾ ਇਫ ਯੂ ਡੂ ਲੈਸ ਦੈਨ 20% ਡਾਊਨ ਦੇਰ ਇਜ਼ ਅ ਪ੍ਰੀਮੀਅਮ ਫੋਰ ਦ ਮੋਰਗੇਜ। ਆਈ ਆਸਕ ਹਿਮ ਸਿੰਪਲ ਕੁਐਸਚਨ, ਆਈ ਸੈਡ ਹਾਊ ਲੌਂਗ ਯੂ ਬੀਨ ਰੈਂਟਿੰਗ ਐਂਡ ਹਾਊ ਮਚ ਆਰ ਯੂ ਪੇਇੰਗ, ਕੀ ਤੁਹਾਡਾ ਗੇਮ ਪਲਾਨ ਕੀ ਹੈਗਾ? ਬਿਕੋਜ਼ ਉਹ ਕਹਿੰਦਾ ਮੈਂ ਆਪਣੇ ਆਪ ਹੀ ਦੇਖ ਰਿਹਾ, ਮੈਨੂੰ ਏਜੰਟ ਦੀ ਲੋੜ ਨਹੀਂ ਹੈਗੀ, ਸੋ ਆਈ ਜਸਟ ਯੂ ਨੋ ਮੈਂ ਥੋੜ੍ਹਾ ਉਹਦੇ ਜਸਟ ਫੋਰ ਫਨ, ਸੋ ਕਹਿੰਦਾ ਪੇਇੰਗ $2,000, ਠੀਕ ਹੈ, ਅਤੇ ਕਹਿੰਦਾ ਹੁਣ ਮੈਂ 10% ਜੋੜਨਾ, ਇਟ ਮਾਈ ਟੇਕ ਮੀ 4-5 ਈਅਰਸ, ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਦੇਖੋ ਤੁਸੀਂ ਕਹਿੰਦੇ 2,000 ਮਹੀਨੇ ਦਾ ਦੇ ਰਹੇ ਹੋ, ਸਾਲ ਦਾ ਕਿੰਨਾ ਕਿਰਾਇਆ ਦਿੱਤਾ? 24,000, 5 ਸਾਲ 'ਚ ਕਿੰਨਾ ਕਿਰਾਇਆ ਦੇਗਾ ਉਹ? 90,000 to $1,00,000, ਠੀਕ ਹੈ। ਐਵਰੇਜ ਜੀ ਟੀ ਏ ਦੇ ਵਿੱਚ ਘਰਾਂ ਦੀ ਪ੍ਰਾਈਸ 35 ਸਾਲਾਂ 'ਚ 6.5% ਉੱਪਰ ਗਈਆਂ, ਇੰਕਲੂਡਿੰਗ ਫਾਈਨੈਂਸ਼ੀਅਲ ਮੈਲਟ ਡਾਊਨ ਐਂਡ ਰਿਸੈਸ਼ਨ ਆਫ 1980, ਠੀਕ ਹੈ। ਅਗਰ 6.5%, ਚਲੋ ਮੈਂ ਬਹੁਤ ਪੈਸੀਮਿਸਟ ਹੈਗਾ, ਮੈਂ 6% ਨਹੀਂ ਵਧਾਉਣੀ ਪ੍ਰਾਈਸ, ਮੈਂ ਕਹਿਣਾ ਵੀ 4%, ਰਾਈਟ? ਅਗਰ ਉਹ ਬੰਦਾ 5 ਲੱਖ ਦਾ ਘਰ ਦੇਖ ਰਿਹਾ ਹੈਗਾ ਅਤੇ 4% ਗਰੋਥ ਹੋ ਰਹੀ ਹੈ ਘਰਾਂ ਦੇ ਪ੍ਰਾਈਸ ਦੀ, 20,000 ਸਾਲ ਦੀ ਪ੍ਰਾਈਸ ਵੱਧ ਰਹੀ ਹੈ, 5 ਸਾਲਾਂ 'ਚ 1,00,000 ਪ੍ਰਾਈਸ ਵੱਧ ਗਈ, 1,00,000 ਉਹਦਾ ਆਪਣਾ ਕਿਰਾਇਆ ਗਿਆ, ਉਸ ਤੋਂ ਬਾਅਦ ਜਿਹੜਾ 5 ਸਾਲਾਂ 'ਚ ਉਹਨੇ ਆਪਣਾ ਪ੍ਰਿੰਸੀਪਲ ਪੇ ਡਾਊਨ ਕਰਨਾ, ਉਹ ਅਲੱਗ ਤੋਂ ਨੁਕਸਾਨ ਹੈ। ਤੇ ਕੀ ਕਿਸ ਲਈ ਕਿ ਮੈਂ 10% ਸੇਵ ਕਰਨਾ, 5 ਲੱਖ ਤੇ 10% ਕਿੰਨਾ ਹੈ? 50,000। ਤੁਸੀਂ ਦੱਸੋ ਇੱਥੇ 2.5 ਲੱਖ ਦਾ ਨੁਕਸਾਨ ਕਰ ਰਿਹਾ, ਇੱਥੇ 50,000 ਸੇਵ ਕਰ ਰਿਹਾ, ਐਂਡ ਹਿਸ ਇਨਕਮ ਪ੍ਰੋਬਲੀ ਵੋਂਟ ਕਾਟ ਅਪ ਟੂ ਦਾ ਹਾਊਸ ਪ੍ਰਾਈਸਿਸ, ਯਾ, ਯੂ ਨੋ ਵਾਟ ਆਈ ਮੀਨ, ਸੋ ਦੈਟਸ ਦਾ ਬਿਗੇਸਟ ਮਿਸਟੇਕ। ਅਗਰ ਆਪ ਦੇਖੇ ਕਿ ਹਮ ਜਿਮੀ ਨੇ ਉਹ ਕਿਆ ਕਹਿੰਦੇ ਝਟਕੇ ਸਾਹਿਬ ਦਾ ਨਾ ਪੂਰੀ ਕੈਲਕੂਲੇਸ਼ਨ ਜਿਹੜੀ ਕਰਕੇ ਦਿੱਤੀ ਹੈ, ਤੇ ਇਟ ਮੇਕ ਸੈਂਸ। ਔਰ ਅਗਰ ਆਪਣੇ ਪਾਸ ਐਸਾ ਕੋਈ ਰੀਅਲ ਇਸਟੇਟ ਏਜੰਟ ਹੈ ਜੋ ਆਪਕੋ ਯੇ ਐਸੇ ਯੂ ਨੋ ਪੂਰਾ ਕੈਲਕੂਲੇਸ਼ਨ ਕਰਕੇ ਬਤਾ ਸਕਤੇ, ਤੋ ਆਈ ਥਿੰਕ ਦਿਸ ਇਜ਼ ਵੈਰੀ ਬੈਨੀਫਿਸ਼ੀਅਲ। ਸਰ, ਆਮ ਨੋਟ ਜਸਟ ਬਿਕੋਜ਼ ਆਮ ਏਜੰਟ, ਆਮ ਨੋਟ ਟ੍ਰਾਈਂਗ ਟੂ ਪੁਸ਼ ਯੂ ਟੂ ਬਾਏ ਅ ਹਾਊਸ, ਯਾ, ਬਾਇੰਗ ਅ ਹਾਊਸ ਇਜ਼ ਨੋਟ ਅ ਬਰਥ ਰਾਈਟ, ਯਾ, ਆਈ ਸਟਰੋਂਗਲੀ ਬਿਲੀਵ ਇਨ ਦੈਟ ਕਿ ਸਮ ਪੀਪਲ ਆਰ ਬੈਟਰ ਆਫ ਰੈਂਟਿੰਗ, ਯੂ ਨੋ ਵਾਟ ਮੀਨ, ਜਿਸ ਕੋ ਸਟੇਬਿਲਿਟੀ ਨਹੀਂ ਹੈ, ਯੂ ਨੋ ਆਪਣਾ ਫਾਈਨੈਂਸ਼ੀਅਲ ਡਿਸਿਪਲਿਨ ਨਹੀਂ ਹੈ, ਦੇ ਆਰ ਬੈਟਰ ਆਫ ਰੈਂਟਿੰਗ, ਆਲ ਬੀ ਓਨਸਟ ਵਿਦ ਯੂ, ਯਾ। ਐਂਡ ਦੈਨ ਉਸਕੇ ਬਾਅਦ ਜੋ ਸੈਕਿੰਡ ਥਰਡ ਮਿਸਟੇਕ ਕਰਤੇ ਹੈ, ਉਹ ਹੈ ਵੀ ਹੋਮ ਇੰਸਪੈਕਟਰ ਕੋ ਅੱਛੇ ਹੋਮ ਇੰਸਪੈਕਟਰ ਨਹੀਂ ਹਾਇਰ ਕਰਤੇ। ਸੀ, ਸਮਟਾਈਮ ਅਗਰ ਏਜੰਟ ਉਹਨੂੰ ਅੱਛੇ ਤਰ੍ਹਾਂ ਐਕਸਪਲੇਨ ਨਹੀਂ ਕਰਦਾ ਨਾ, ਪੀਪਲ ਹੈਵ ਨੋਸ਼ਨ ਕਿ ਉਹ ਇੱਕ ਵਾਰ ਇੰਸਪੈਕਟਰ ਜੋ ਹੈ ਉਹ ਸਾਰੇ ਇੱਕ ਤਰ੍ਹਾਂ ਕੇ ਹੈ, ਜੈਸੇ ਹਮਨੇ ਲਾਸਟ ਵੀਡੀਓ ਮੈਂ ਬਾਤ ਕੀਤੀ, ਜੈਸੇ ਸਾਰੇ ਏਜੰਟ ਇੱਕ ਜੈਸੇ ਨਹੀਂ ਹੁੰਦੇ, ਮੋਰਗੇਜ ਬ੍ਰੋਕਰ ਇੱਕ ਜੈਸੇ ਨਹੀਂ ਹੁੰਦੇ, ਲਾਇਰ ਨਹੀਂ ਹੁੰਦੇ, ਐਸੇ ਇੰਸਪੈਕਟਰ ਵੀ ਨਹੀਂ ਹੁੰਦੇ, ਠੀਕ ਹੈ। ਵਟ ਪੀਪਲ ਹੈਵ ਟੂ ਅੰਡਰਸਟੈਂਡ ਇਜ਼, ਜੋ ਹੋਮ ਇੰਸਪੈਕਟਰ ਹੁੰਦਾ ਹੈ, ਹੀ ਇਜ਼ ਨੋਟ ਲਾਇਸੈਂਸ ਪਲੰਬਰ, ਹੀ ਇਜ਼ ਨੋਟ ਲਾਇਸੈਂਸ ਇਲੈਕਟ੍ਰੀਸ਼ੀਅਨ, ਹੀ ਇਜ਼ ਨੋਟ ਲਾਇਸੈਂਸ ਰੂਫਰ, ਓਕੇ? ਐਂਡ ਲੈਟਸ ਸੇ ਅੱਜ ਜੈਸੇ ਸਨੋ ਪੜ ਰਹੀ ਹੈ, ਅਭੀ ਕੋਲਡ ਵੈਦਰ ਹੈ, ਆਈ ਐਮ ਬਾਇੰਗ ਅ ਹਾਊਸ ਵਿਦ ਅ ਸਵਿਮਿੰਗ ਪੂਲ, ਯੂ ਟੈਲ ਮੀ ਉਸਕੀ ਇੰਸਪੈਕਸ਼ਨ ਮੈਂ ਕੈਸੇ ਕਰ ਸਕਦਾ ਹੂੰ? ਕੈਨ ਆਈ ਚੈੱਕ ਓਪਨ ਦ ਸਵਿਮਿੰਗ ਪੂਲ ਐਂਡ ਚੈੱਕ ਦ ਲਾਈਨਰ? ਕਿਆ ਮੈਂ ਉਸਕੀ ਮੋਟਰ ਰਨ ਕਰ ਸਕਦਾ ਹੂੰ?
क्या मैं उसका एसी ऑन कर सकता हूँ? नहीं कर सकता ना. जब भी हम इंस्पेक्शन कराते हैं उसमें डिस्क्लेमर पड़ा था, बहुत छोटा छोटा फाइन प्रिंट, उसमें लिखा होता है कि मैं जो फिजिकली देख रहा हूँ मैं उसकी इंस्पेक्शन कर सकता हूँ, दीवारों के अंदर नहीं घुस सकता. दो दे डू हैव आजकल कैमरा आ गया इंफ्रारेड, दे कैन सी वट एवर, बट वो डिस्क्लेमर कहता है कि यू कांट कम आफ्टर एंड सू मी, राइट? सो जब भी इंस्पेक्टर हायर करते हैं देखो कितना थॉरो है. इज ही विलिंग टू गो इन अटैक एंड चेक आउट द इंसुलेशन? इज ही विलिंग टू क्लाइम द रूफ एंड सी द शिंगल्स? एट द एंड ऑफ द गाइस यू आर पुटिंग योर मनी ऑन द लाइन. 5 लाख का, 10 लाख, अब मिलियन का घर ले रहे हो, अपना इंस्पेक्टर पे तो फोकस करो. करेक्ट. जस्ट बिकॉज वो इंस्पेक्टर $50 सस्ता है, पीपल जस्ट गो ऑन गूगल, हाँ जी सर रेट क्या है. यू नो अपना बंदों में ये बड़ी बात होती है, घर भी बेचना, पाजी लिस्टिंग कमीशन कितनी है. यू टेल मी अगर मैं दुबई गया, मैं डेजर्ट क्रॉस करना, तुसी मैं टोयोटा बड़ी जीप देती है, पेट्रोल पाता 5 लीटर, हाउ कैन आई क्रॉस द डेजर्ट? डजंट मैटर हाउ बिग इज द कार, हाउ डजंट. और तुसी एजेंट को भी मैं तेनूं फी भी नहीं देनी ते तू मेरा कार बेस्ट प्राइस ते बेच दे. हुण वीडियो किदां बनाऊगा, मार्केट किदां करूगा, अपने जेब थोड़ी पैसा पाएगा. आई डोंट अंडरस्टैंड समटाइम लॉजिक. ठीक है. नहीं, सो दिस इज अगेन समथिंग यू हैव टू अंडरस्टैंड. पंजाबी दे मसाले जितना गुड़ पाओगे उतना मीठा होएगा सर. मैं कुछ नहीं बोलता, ठीक है. नहीं, एंड द अदर थिंग इज, वो बंदा जो पहला बात कर रहा था जिसने मैं कॉल की थी, इज ट्राइंग टू टाइम द मार्केट. पाजी मेरा दोस्त कहता क्रैश होएगी मार्केट, मैं कहा सर मेरे को इसका कोई आइडिया नहीं है, मेरे पास कोई क्रिस्टल बॉल नहीं है कि फ्यूचर में क्या होने वाला है. मेरे को इतना पता है पिछले 35 साल से अगर मैं हिस्ट्री निकालता हूँ एवरेज प्राइस 6.5% बढ़ी है. आप अपनी मार्केट बताओ, आप मार्कम में रहते हैं, आप नियाग्रा में रहते हैं, हैमिल्टन में रहते हैं. मैं ये बता दूंगा अभी, अगर स्टोरी क्रिक में रहते हो लास्ट 25 साल में मार्केट की एवरेज क्या है, ऊपर जा रही नीचे जा रही है, आई कांट प्रेडिक्ट, राइट? सो इट्स हार्ड टू टाइम द मार्केट, डोंट इवन थिंक अबाउट दैट, राइट? एंड लास्ट वन ये है कि कभी भी मॉर्गेज जब आपकी अप्रूवल हो जाती है, डोंट चेंज और गेट मोर डेट. जैसे लोग जाते हैं वॉलमार्ट या अपना, लेट्स से मैं बे में गया, वो लेडी खड़ी है, सर आपको 10% डिस्काउंट मिलेगा, वीजा साइन कर दो, राइट? यू आर एडिंग न्यू वीजा, दैट्स कॉल्ड डेट. और जब वो आपकी रेशियो, मैंने बात की थी टीडीएस जीएस कैलकुलेट करते हैं, इवन आप वीजे में एक पैसा भी नहीं यूज किया, आपका 5000 का वीजा, दे टेक मिनिमम पेमेंट टू योर डेट रेशियो. कि व्हाट इफ बंदा मैक्स आउट कर दे, इसको मिनिमम पेमेंट करनी पड़े, एंड देन दे कैन डिक्लाइन यू एट द लास्ट मिनट. डोंट यू नो जंप द गन एंड से कि मैं घर ले लूं पहले फर्नीचर खरीद लूं, तो वो भी आपका डेट ऐड हो जाएगा. एंड द लास्ट थिंग यू हैव टू आल्सो सी गाइस, डोंट चेंज योर जॉब. लाइक कपल ऑफ इयर्स अगो आई वाज वर्किंग विद अ क्लाइंट, इज लुकिंग टू बाय कॉन्डो इन डाउनटाउन. तो वो बंदा आईटी में था, वेरी गुड इनकम, तो उसको लगा था मैं टैक्स बहुत दे रहा हूँ, मैं कॉर्पोरेशन करा लेता हूँ, देयर इज नथिंग रॉन्ग विद दैट, आई लव सेविंग टैक्सेस, राइट? बट चैलेंज किया, अगर वो कॉर्पोरेशन में जाएगा तो बैंक की रिक्वायरमेंट है 2 साल के कॉर्पोरेशन की टैक्स फाइल चाहिए होता है. करेक्ट. तो अगर वो करता उसकी मॉर्गेज नहीं होनी थी. सो उसने पूरी सेटअप ही कर दी. मैंने वैसे मैं रैंडमली कॉल मारा, मैं कह रहा हूँ कैसे चल रहा है, आर यू गाइस एक्साइटेड, आपकी क्लोजिंग है? ओ यार मैं तो कॉर्पोरेशन कराऊँ, मैंने ना अपना टैक्स बचाने में कहा काम डाउन, काम डाउन, टॉक टू योर लेंडर, तेरी मॉर्गेज कैंसिल कर देनी उसने. तेरी मॉर्गेज इज बेस्ड ऑन जॉब, बिकॉज बैंक्स लव पीपल हु जॉब. उनको पता भी अपना सब सीधा सीधा बात है. सो दैट इज द बिगेस्ट मिस्टेक, डोंट चेंज योर जॉब एंड डोंट एड एक्स्ट्रा डेट, दैट्स द लास्ट स्टेप मिस्टेक. वाओ, मेरा ख्याल है जिमी सिंह पाजी, अगर आपने देखा कि सबसे पहले मॉर्गेज पहले जाके पता करने का, दूसरा ये कि होम इंस्पेक्शन गुड की मिस्टेक हो सकती है, अपना बायर एजेंट की मिस्टेक हो सकती है, ट्राइंग टू टाइम द मार्केट उसकी मिस्टेक हो सकती है, और जो मॉर्गेज के हवाले से अगर आपने चेंज ऑफ जॉब किया या कोई और डेट लिया, मेरा ख्याल ये ऐसी 5 मिस्टेक्स हैं जो न्यू होम बायर को अफोर्ड नहीं कर सकता, स्पेशली जो होम बायर है. लेकिन मैं आपको ये चैलेंज देता हूँ कि आप जब आप ये वीडियो सुन रहे होंगे तो कॉमेंट में लिखिएगा हमने कोई मिस की है या आपने कोई और चीज़ देखी है, तो मैं चाहता हूँ कि हम वो भी इंक्लूड करें, क्योंकि सबका फायदा होगा और कि हर लोगों के डिफरेंट हालात होते हैं, तो शायद आप हमें और हमारे नाजरीन को नई नई चीज़ें सिखा सकें. तो देखते रहिए रियल स्टेट एज विद जिमी सिंह, जहां हम आपको वो मुफीद मशवरे देते हैं जो आपको कहीं नहीं मिलेंगे.